ਮਿਸ਼ਨ ਆਇਆ, ਘਟੀ ਹੋਈ ਘਟਨਾ ਹੈ, ਜ਼ਿਆਦਾ ਕੋਈ ਪੁਰਾਣੀ ਬਾਤ ਨਹੀਂ, ਥੋੜ੍ਹੇ ਸਮੇਂ ਕੀ ਮੇਰੇ ਸਾਥ ਛੋਟਾ ਛੋਟਾ ਦੋ ਬੱਚਾ ਸੀ, ਦੁੱਧ ਵਾਲੋ ਦੁੱਧ ਦੀ ਮੰਦੀ ਕਰੀ, ਦੁੱਧ ਦੀ ਮੰਦੀ ਦੇਵ ਦੇਵ ਨਾਲ ਵਿਚਾਰੋ ਵੱਡਾ ਆਦਮੀ ਹੈ, ਇਹਨਾਂ ਚੁੱਪ ਪਿਓਰ ਦੁੱਧ ਹੀ ਦੇਵਾਂ, ਪਿਓਰ ਦੁੱਧ ਲਾ ਕਰ ਪੈਂਦੀ ਹੋ, ਬੱਚਿਆਂ ਨੂੰ ਦੁੱਧ ਪਿਲਾਇਓ, ਚਾਹ ਕਮਜ਼ੋਰ ਦੁੱਧ ਪਚੋ ਹੁਣ ਟੱਡੀਆਂ ਰੋਏਗੀ, ਦੁੱਧ ਨੂੰ ਦੁੱਧ ਲੈਣ ਗਿਆ ਨੀ ਬੇ ਤਾਰ ਦੁੱਧ ਖੋਟੋ ਦੁੱਧ ਅੱਛੋ ਅੱਛੋ ਬੱਚਿਆਂ ਨੂੰ ਟੱਡੀਆਂ ਸਮਝਣ ਨੂੰ ਆਦਮੀ ਹੋ ਕਿ ਦੁੱਧ ਪਿਓਰ ਹੋ, ਬੱਚਾ ਕਮਜ਼ੋਰ ਬੱਚੋ ਟੱਡੀਆਂ ਰੋਗੀ ਕੱਲ ਅੱਛੋ ਲਾ ਲਾ, ਦੋ ਦਿਨ ਅੱਧ ਪਾਣੀ ਨਾ ਦੋ ਦੋ ਪਿਲਾਇਓ ਪਚ ਗਿਆ ਕਿ ਆ ਦੁੱਧ ਰੱਬੜਿਆ ਰੱਬੜਿਆ ਤੂੰ ਘਣੇ ਕਹਿਣਾ ਹੋ ਕੋਰੋ ਮੋਰੋ ਅੱਧ ਅੱਧ ਹੈ ਪਰ ਫਿਰ ਉਹਨਾਂ ਅੱਛੋ ਲਾ ਕੇ ਉਹ ਜਗਤ ਅੜੀ ਹੈ ਰਹਿ ਖਰੀ ਬਾਤ ਆ ਖਰੀ ਗੱਲ ਹੈ ਕੜੋ ਨੀ ਬੜੋ ਖਾਰੋ ਲਾ ਬੜੋ ਖਾਪਣਾ ਸੌਖੀ ਰੋਗਾਂ ਦੀ ਨਿਵਰਤੀ ਕਰੇ ਹੈ ਮਿੱਠੇ ਰਾਜੇ ਲੋਕ ਸਭ ਮਿੱਠੇ ਉਪਜੇ ਰੋਗ ਨਿਰਗੁਣ ਕੜਵਾ ਨਿਮ ਸਾ ਦਰਿਆ ਦੁਰਲਭ ਜੋ ਮਿੱਠੀ ਚੀਜ਼ਾਂ ਲੋਕਾਂ ਨੂੰ ਸੌਖੀ ਲਾ ਕੇ ਖਾਣਾ ਸੋ ਸ਼ੁਕਰ ਵੇ ਹੈ ਡਾਇਬਿਟੀ ਜਾਵੇ ਕਈ ਰੋਗ ਪੈਦਾ ਕਰਦੇ ਵੇ ਨਿਮੜੋ ਖਾਣਾ ਮੈਂ ਖਾਰੋ ਲਾ ਗਏ ਹੈ ਪਰ ਖਾਈਲੇ ਤੋਂ ਕਈ ਬਿਮਾਰੀ ਦੀ ਹਾਨੀ ਕਰਦੇ ਵੇ ਐਸੇ ਬਾਹਰ ਬੈਠਣਾ ਇਹ ਸੁਰਗਨ ਮਨੋਰੰਜਨ ਹੈ ਮਹਾਰਾਜ ਜਨਮ ਮਰਤੀ ਕੋ ਰੋਗ ਨਹੀਂ ਮਿਟੇ ਆਓ ਨਿਰਗੁਣ ਮੈਂ ਸਮਝ ਗਾਈ ਯੋਗ ਮੈਂ ਆਓ ਸਾਧਨ ਮੈਂ ਆਓ ਗਿਆਨ ਮੈਂ ਆਓ ਤਬ ਜਨਮ ਮਰਤੀ ਕਾ ਅੰਤ ਹੋਗਾ ਬੜਾ ਸੁੰਦਰ ਪ੍ਰਸੰਗ ਹੈ।